ਕਿ ਮੈਂ ਉਹ ਖੂਹੀ ਤੇ ਬੱਚਿਆਂ ਨੂੰ ਕਹਤਾ ਵੀ ਹਲਤੀ ਘੇੜੋ ਮੈਂ ਪਾਣੀ ਪੀਣਾ ਹੈ ਮੈਂ ਪੈ ਜੋ ਉੱਥੇ ਬੋਕ ਨਾਲ ਆਪਦੇ ਬੋਕ ਨਾਲ ਪਾਣੀ ਪੀਣ ਲੱਗ ਗਿਆ ਜਿਹੜੇ ਮੇਰੇ ਸਟੂਡੈਂਟਸ ਦੇ ਬੱਚੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਉਹ ਦਸਾਂਦਾ ਸੰਗ ਹਰਦੇਵ ਸਿੰਘ ਦਰਜਿਆਂ ਦਾ ਮੁੰਡਾ ਸੀ ਟੀਚਰ ਉਹ ਕਹਿੰਦਾ ਤੁਹਾਡੇ ਮਾਸਟਰ ਜੀ ਦੇ ਡਾਹਾ ਪਾਇਆ ਹੋਇਆ ਕਿਉਂਕਿ ਸ਼ਰੀਪ ਸਾਹਿਬ ਭਾਈ ਕਈ ਵਾਰੀ ਮੈਂ ਉੱਪਰ ਦੀ ਬਜਾਏ ਕਮੀਜ਼ ਦੇ ਥੱਲੇ ਪਾ ਲੈਂਦਾ ਸੀ ਜਦੋਂ ਐਨੀ ਗੱਲ ਕਹੀ ਤੇ ਵੀ ਵੀ ਤੁਹਾਡੇ ਮਾਸਟਰ ਜੀ ਦੇ ਡਾਹਾ ਪਾਇਆ ਹੈ ਜਦੋਂ ਇੰਨੀ ਗੱਲ ਕਹੀ ਤਾਂ ਉਹ ਬੱਚਿਆਂ ਨੇ ਉੱਥੇ ਤਾਂ ਮੈਨੂੰ ਦੱਸਿਆ ਨਾ ਜਦੋਂ ਫਿਰ ਛਾਪੇ ਸਕੂਲ ਵਿੱਚ ਆ ਗਏ ਦੂਜੇ ਦਿਨ ਉਹ ਗਰਮੇਲ ਕਵਰ ਲੜਕੀ ਹੁਣ ਅੰਬਰਤਾਰੀ ਬਣੀ ਗਈ ਚੜਦੀ ਕਲਾ ਉਹ ਕਾਲਸੀ ਬੈਹੀ ਹੋਈ ਹੈ ਉਹ ਕਹਿੰਦੇ ਜੀ ਮਾਸਟਰ ਜੀ ਹਰਦੇਵ ਸਿੰਘ ਵੀ ਕਹਿੰਦੇ ਸੀ ਵੀ ਤੁਹਾਡੇ ਮਾਸਟਰ ਜੀ ਦੀ ਡਾਹਾ ਸਾਨੂੰ ਪਤਾ ਕੀ ਹੁੰਦਾ ਹੈ ਡਾਹਾ ਇਹ ਹੁੰਦਾ ਵੀ ਕਿਹੜੇ ਡੰਗਰ ਹੁੰਦੇ ਨੇ ਉਹਨਾਂ ਦੇ ਡਾਹਾ ਪਾਉਂਦੇ ਸੋ ਵੀ ਬਾਹਲਾ ਭੱਜ ਕੇ ਦੂਰ ਨਾ ਜਾਵੇ ਸੰਭਾਲ ਕਰੀਏ ਇਸ ਤਰ੍ਹਾਂ ਦਾ ਜਦੋਂ ਇੰਨੀ ਗੱਲ ਕਹੀ ਉਹਨਾਂ ਨੇ ਭਾਈ ਤੁਸੀਂ ਮੈਨੂੰ ਉੱਥੀ ਦਰਸ਼ਣਾ ਸੀ ਉਥੇ ਫਿਰ ਮੈਂ ਉਹਨੂੰ ਸਾਰਿਆਂ ਟੀਚਰਾਂ ਚ ਮਤਲਬ ਪੁੱਛਦਾ ਵੀ ਇਹ ਦਾ ਹੈ ਤੈਨੂੰ ਦੱਸਾਂ ਤੇ ਕਹਿੰਦੇ ਮੈਂ ਚਲ ਕੋਈ ਨਾ ਕੁਦਰਤ ਨੇ ਪਾਇਆ ਇਹੀ ਖੇਡ ਕਰੀ ਉਹਦਾ ਪਿੰਡ ਤਨੋਲਾ ਸੀ ਤੇ ਮੈਂ ਬਰਨਾਲੇੋਂ ਪੇ ਲੈ ਕੇ ਆਇਆ ਆਪਦਾ ਸਾਡੇ ਉਦੋਂ ਛਾਪਾ ਬਰਨਾਲੇ ਤਸੀਲ ਜिले ਵਿੱਚ ਸੀ ਉਥੋਂ ਆਉਂਦਾ ਸੀ ਕੁਦਰਤ ਨੇ ਮੇਲ ਐਸਾ ਕਰਿਆ ਵਧੀਆ ਵਜੀਦ ਕਿਆਂ ਤੇ ਉਹ ਵਿਚਾਲੇ ਰੇਤਾ ਹੁੰਦਾ ਹੈ ਉਹ ਉਹ ਆਪਣੇ ਪਿੰਡ ਨੂੰ ਜਾਂਦਾ ਸੀ ਦੂਜੇ ਪਾਸੇ ਗੱਡੇ ਦੀ ਲੀਵ ਵਿੱਚ ਆਉਂਦਾ ਸੀ ਮੈਂ ਉਹ ਸਾਈਕਲ ਤੇ ਉਦੋਂ ਆਪਣੇ ਪਿੰਡ ਨੂੰ ਆਉਂਦਾ ਸੀ ਉਦੋਂ ਹਰਦੇਵ ਸੰਵਾ ਗਿਆ ਉਹ ਡਹਿਰੇ ਵਾਲਾ ਜਦੋਂ ਉਹਨੇ ਐਨੀ ਗੱਲ ਮੇਰੇ ਉਹਦੀ ਯਾਦ ਆ ਗਈ ਮੈਂ ਉਹਨੂੰ ਉੱਥੇ ਖੜਾ ਕਰ ਲਿਆ ਬਹਾਈਥੀ ਹਰਦੇਵ ਇੱਥੇ ਖੜ ਜਾ ਜਦੋਂ ਉਹ ਉੱਥੇ ਖੜ ਗਿਆ ਤੇ ਮੈਂ ਸ੍ਰੀ ਸਾਹਿਬ ਪਾਈ ਹੋਈ ਸੀ ਉਹ ਮੈਂ ਸ੍ਰੀ ਸਾਹਿਬ ਗੁਰੂ ਦੀ ਕਿਰਪਾ ਨਾਲ ਉਦੋਂ ਪਾਈ ਫਾਰਸੀ ਉਰਦੂ ਪੜ੍ਹਦੇ ਹੁੰਦੇ ਇਹਦੇ ਨਾਲ ਆਪਣੀਆਂ ਕਲਮਾਂ ਵੀ ਘੜੀਆਂ ਸੀ ਗੁਰੂ ਦੀ ਕਿਰਪਾ ਦੇ ਨਾਲੇ ਹਥਿਆਰ ਦਿੱਤੇ ਸੱਚੇ ਪਾਤਸ਼ਾਹ ਨੇ ਸਾਨੂੰ ਮੈਂ ਸ੍ਰੀ ਸਾਹਿਬ ਲਈ ਕੱਢ ਮਖਾ ਤੂੰ ਭਾਈ ਮੇਰੇ ਬੱਚਿਆਂ ਨੂੰ ਸਟੂਡੈਂਟ ਉਹਨਾਂ ਨੂੰ ਇਹ ਕਹਿੰਦਾ ਅਸੀਂ ਮਾਸਟਰ ਜੀ ਡਹਾ ਪਾਇਆ ਜੇ ਤੇ ਆਪਦੀ ਹੁਣ ਤੇਰੇ ਚ ਬਹਾਦਰੀ ਆ ਨਾ ਇੱਕ ਵਾਰੀ ਡਹਾ ਕੈ ਤੂੰ ਮੈਨੂੰ ਦਸ ਗਾਲਾਂ ਕੱਢ ਦਿੰਦਾ ਮੈਨੂੰ ਤਕਲੀਫ ਨਾ ਹੋਣੀ ਸੀ ਇਹ ਕਿਹੜੇ ਸ੍ਰੀ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਬਾਕੀ ਤੂੰ ਇਸ ਨੂੰ ਡਹਾ ਕੇ ਹੈ ਕਿਹੜਾ ਹੁਣ ਪਿਓ ਦਾ ਜੇ ਪੁੱਤਾਂ ਇੱਕ ਵਾਰੀ ਕਹਿ ਤੈਨੂੰ ਮੈਂ ਦੱਸਾਂ ਡਹਾ ਹੁਣ ਉਹ ਦੂਜਾ ਸੀ ਕੰਬਣ ਲੱਗ ਗਿਆ ਜਦੋਂ ਕੰਬੜ ਲੱਗ ਗਿਆ ਉਸਨਾਂ ਦਾ ਫਿਰ ਕਹਿੰਦਾ ਜੀ ਮੈਨੂੰ ਮੁਆਫ ਕਰਦੇ ਹੋ ਮੈਂ ਗਾਹ ਨੂੰ ਨਾ ਇਸ ਤਰ੍ਹਾਂ ਕਰੀ ਜਾ ਚਲੇ ਜਾ ਹੁਣ ਤੈਨੂੰ ਮੁਆਫ ਕਰ ਦਿੰਨੇ ਆ ਤੇ ਇਹ ਗੁਰੂ ਦੀ ਕਿਰਪਾ ਨਾਲ ਭਾਈ ਇਸ ਤਰ੍ਹਾਂ ਦੀ ਬਖਸ਼ਿਸ਼ ਹੁੰਦੀ ਹੈ ਫਿਰ ਉਦੋਂ ਬਾਅਦ ਮੈਂ ਉਹਨੂੰ ਕਿਹਾ ਹੁਣ ਮੈਂ ਤੈਨੂੰ ਇੱਕ ਗੱਲ ਹੋਰ ਵੀ ਕਹਿੰਦਾ ਤੂੰ ਮਾਹ ਹਰਾਮ ਦਾ ਕਿਉਂ ਜਦੋਂ ਮਾਹ ਤੇਰੇ ਸਕੂਲ ਨੂੰ ਅਸੀਂ ਸੈਂਟਰ ਚਾਰ ਸੀ ਮੈਂ ਨਾਲ ਏਡੀਆਈ ਸੀ ਜਾ ਕੇ ਕਰਿਆ ਤੇ ਆਪਦੇ ਕਮਰੇ ਦੇ ਵਿੱਚ ਜਲਪਾਣੀ ਛਕਾਉਣ ਦੇ ਵੇਲੇ ਦੱਸਿਆ ਆਪਣੇ ਪਿਤਾ ਜੀ ਦੀ ਫੋਟੋ ਦਿਖਾਈ ਉੱਥੇ ਜਦੋਂ ਫੋਟੋ ਦਿਖਾਈ ਉਹਦੇ ਵਿੱਚ ਉਹ ਚੜ੍ਹਦੀ ਕਲਾ ਵਿੱਚ ਰਹਿਤ ਬਹਿਤ ਸੀ ਜੇ ਮਾਤੂੰ ਉਹਨਾਂ ਦਾ ਪੁੱਤ ਹੁੰਦਾ ਫਿਰ ਤੂੰ ਇਹ ਸ੍ਰੀ ਸਾਹਿਬ ਨੂੰ ਇਹ ਕਹਿੰਦਾ ਫਿਰ ਇੱਕੋ ਹੀ ਗੱਲ ਕਹੀ ਕਹਿੰਦਾ ਜੀ ਮੈਨੂੰ ਆ ਬੁੱਕ ਚ ਵੀ ਮੈਂ ਸਵਾ ਗੁਣ ਚ ਵੀ ਇਹ ਵਰਣਨ ਕੀਤਾ ਫਿਰ ਮੈਂਗਾ ਗਾਂਹ ਨੂੰ ਨਾ ਕਰਨੀ ਤੇਰਾ ਸੌਦਾ ਲਾ ਦੇਣਗੇ ਤੇ ਚਲੋ ਫਿਰ ਉਹਨੇ ਮੁਆਫੀ ਮੰਗੀ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਦੱਸਦਾ ਫਿਰ ਇੱਕ ਤੀਜੀ ਗੱਲ ਮੈਂ ਫਰੀਦਕੋਟ ਨੂੰ ਜਾਂਦਾ ਸੀ ਇੱਕ ਗੱਲ ਹੋਰ ਸੁਣ ਲਓ ਹਰ ਥਾਂ ਵਰਤਦੀ ਹੈ ਉਹ ਹੋ ਮੇਰੇ ਜਿਹੜੇ ਕਮਰੇ ਚ ਬੈਠੇ ਸੀ ਨਾ ਕਮਰਾ ਆ ਗਿਆ ਮਤਲਬ ਐਲ ਕਿਹੜਾ ਟ੍ਰੇਨ ਦਾ ਛੋਟਾ ਜਿਹਾ ਕਮਰਾ ਸੀ ਉਹਦੇ ਚ ਇੱਕ ਸ਼ਰਾਰਤੀ ਜਿਹਾ ਸਮਾਗਮ ਮਤਲਬ ਅੰਦਾ ਸੀ ਬੜਾ ਆਪ ਦੇ ਆਪ ਨੂੰ ਤਿੱਖਾ ਸਮਝਦਾ ਉਹਨੇ ਮੇਰੇ ਸ੍ਰੀ ਸਾਹਿਬ ਦੇਖੀ ਸ੍ਰੀ ਸਾਹਿਬ ਦੇਖ ਕੇ ਕੁਐਸਚਨ ਕਰਤਾ ਕਹਿੰਦਾ ਇਹ ਗੱਲ ਹੈਗੀ ਆ ਜੇ ਦਿਸਵੇਸ਼ ਪਿਤਾ ਜੀ ਹੁਣ ਹੁੰਦੇ ਤੇ ਕਿਹੜਾ ਇਹ ਸ਼ਰੀ ਸਾਹਿਬ ਦਿੱਤੀ ਆ ਹੁਣ ਉੱਥੇ ਪਿਸਟਲ ਹੁੰਦਾ ਐਨੀ ਗੱਲ ਕਹੀ ਜਦੋਂ ਐਨੀ ਗੱਲ ਉਹਨੇ ਕਹੀ ਮੈਂ ਆ ਉਥੋਂ ਮੁੱਲਾਪੁਰ ਤੋਂ ਚੜ੍ਹ ਕੇ ਫਰੀਦਕੋਟ ਨੂੰ ਜਾ ਰਿਹਾ ਸੀ ਟ੍ਰੇਨ ਵਿੱਚ ਇਹ ਮੇਰੇ ਨਾਲ ਵਰਤੀ ਜਦੋਂ ਉਹਨਾਂ ਨੇ ਐਨੀ ਗੱਲ ਕਹੀ ਤੇ ਦੂਸਰੇ ਪੱਖ ਤੇ ਭਾਈ ਮੇਰੀ ਸ਼ਰੀ ਸਾਹਿਬ ਲਾਈ ਹੋਈ ਸੀ ਲਵਾਈ ਹੋਈ ਸੀ ਆ ਹੁਣ ਵੀ ਮੇਰੇ ਪਾਈ ਹੋਈ ਐ ਇਹ ਐਨੀ ਤਿੱਖੀ ਐ ਪੂਰੀ ਲਵਾਈ ਹੋਈ ਐ ਰਤੋਆਲ ਦੀ ਬਣੀ ਹੋਈ ਐ ਜੇ ਜਿਵੇਂ ਲਈ ਨਹੀਂ ਗੱਲ ਕਹੀ ਮੈਂ ਉਹਨਾਂ ਨੂੰ ਕਿਹਾ ਮਾ ਤੁਸੀਂ ਮੇਰੀ ਅਸਰੀ ਸਾਹਿਬ ਦੇਖ ਕੇ ਕਹਿੰਦੇ ਹੋ ਮਾ ਪਹਿਲੀ ਗੱਲ ਤਾਂ ਤੁਸੀਂ ਕਿਹੜੀ ਇਹ ਗੱਲ ਕਹਿੰਦੇ ਹੋ ਵੀ ਦਸ਼ਮੇਸ਼ ਪਿਤਾ ਜੀ ਹੁੰਦੇ ਉਹ ਹੁਣ ਹਾਜ਼ਰ ਨਾਜ਼ਰੀ ਨੇ ਕਿਤੇ ਗਏ ਨਹੀਂ ਹਰ ਥਾਂ ਹਾਜ਼ਰ ਨਾਜ਼ ਨੇ ਉਹ ਅਕਾਲ ਪੁਰਖ ਦਾ ਰੂਪ ਨੇ ਤੇ ਬਾਕੀ ਦੂਸਰੇ ਮਾ ਹਤੂ ਆਸਰੀ ਸਾਹਿਬ ਤੇ ਗੱਲ ਕਹੀ ਆ ਨੇ ਕਹਿੰਦਾ ਹਾਂ ਹਾਂ ਕਹਿੰਦਾ ਇਹ ਇਹ ਜੰਗਾਲ ਲੱਗੀ ਹੋਊ ਨਿਕਲਣੀ ਨਹੀਂ ਮੇਰੀ ਲਵਾਈ ਸੀ ਮੈਂ ਫਿਰ ਹਵਲੀ ਦੇ ਕੇ ਜਦੋਂ ਕੱਢੀ ਬਾਹਰ ਉਹ ਦੂਜਿਆਂ ਨੂੰ ਮੈਂ ਸਾਰਿਆਂ ਨੂੰ ਕਿਹਾ ਮਾ ਵੀ ਦੇਖੋ ਇਹ ਭਾਈ ਹੁਣ ਇੱਧਰ ਮੇਰੇ ਕੋਲ ਊਠਾ ਕਰ ਦੇਵੇ ਜੇ ਤਾਂ ਮੈਂ ਪਹਿਲੀ ਗੱਲ ਲਾਤਾ ਫੇਰ ਤਾਂ ਆਏ ਤੁਸੀਂ ਮੈਨੂੰ ਬਹਾਦਰੀ ਦਿਓ ਜੇ ਪਹਿਲੀ ਗੱਲ ਨਾ ਲਿਹਾ ਤੇ ਮੈਨੂੰ ਜਿਹੜੀ ਜੀ ਕਰਦਾ ਸਜ਼ਾ ਦੇ ਦਿਓ ਇਹਨੇ ਸ਼ਰੀਪ ਸਾਹਿਬ ਆਸਤੇ ਕਿਹਾ ਤੇ ਬਾਕੀ ਪਿਸਟਲ ਤਾਂ ਪਤਾ ਨਹੀਂ ਉਹਦੇ ਚ ਉਹ ਹਰ ਵਕਤ ਦਾ ਹਥਿਆਰ ਹੈ ਜਦੋਂ ਇਨੀ ਗੱਲ ਕਹੀ ਕੰਬਣ ਲੱਗ ਗਿਆ ਉਹਦੇ ਜਦੋਂ ਮੈਂ ਕੱਢਣ ਲੱਗ ਗਿਆ ਮੈਂ ਕਿਹਾ ਇਹ ਮੇਰੇ ਕੋਲ ਕਰੇ ਮੈਂ ਹੁਣੇ ਇਹਦੀ ਗੂਠਾ ਸੈਕਿੰਡ ਚ ਲਾ ਦਿੰਨਾ ਇਹ ਮੇਰੇ ਨਾਲ ਬੀਤੀ ਫੇਰ ਮੁਆਫੀ ਮੰਗੀ ਕਹਿੰਦਾ ਮੁਆਫ ਕਰਨਾ ਜੀ ਨਹੀਂ ਬਾਹਾਂ ਦੇ ਤਰ੍ਹਾਂ ਮੈਨੂੰ ਬਾਹਾਂ ਦਾ ਨਹੀਂ ਪਤਾ ਤੇਰਾ ਉਹਨੇ ਜਣੀ ਸ੍ਰੀ ਸਾਹਿਬ ਮੇਰੀ ਕਹੇਗੇ ਕਹਿੰਦਾ ਨਿਕਲਣੀ ਨਹੀਂ ਜੰਗਾਲ ਇਹਨੂੰ ਲੱਗੀ ਹੋ ਹੁਣ ਮੇਰੀ ਲਵਾਈ ਹੋਈ ਸੀ ਇੱਥੇ ਬਡੂੰਦੀ ਇੱਕ ਵਾਰੀ ਉਹ ਗੱਡਾ ਪਾਸ ਹੋ ਗਿਆ ਜੋਤ ਪਾਈ ਹੋਈ ਉਹ ਦਿਆਸ ਉਹ ਜਿਹਦੀ ਮੈਂ ਗਲਤ ਨੂੰ ਕਰੀਆ ਉਹਨੇ ਭੱਜ ਕੇ ਜਾ ਕੇ ਉਹ ਜੋਤ ਵੱਢਤੀ ਤਾਂ ਉਹ ਬਚ ਤੋ ਗਈ ਬੈਲਾਂ ਦੀ ਉਹ ਨਿਕਲ ਗਿਆ ਨਹੀਂ ਉਹ ਗੱਡੇ ਵਿੱਚ ਇਸ ਤਰ੍ਹਾਂ ਬਹੁਤ ਕੁਝ ਆਇਆ ਬੱਕਰਦਾ ਇਹ ਕਿਹੜਾ ਹਥਿਆਰ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ ਹਰ ਵਕਤ ਤੇ ਕੀ ਪਾਸ਼ਾ ਨੇ ਵੀ ਕਿਹੜੇ ਦੋ ਦੁਸ਼ਟ ਗਏ ਸੇ ਉੱਥੋਂ ਮਲੇਰ ਕੋਹਲੇ ਤੁਹਾਨੂੰ ਪਤਾ ਹੀ ਹੈ ਤੇ ਉਹ ਉੱਥੇ ਜਾ ਕੇ ਜਿਸ ਬੜੀ ਸੱਚੇ ਪਾਤਸ਼ਾਹ ਦੇ ਉਹ ਇੱਕ ਨੇ ਮਾਰਿਆ ਤੇ ਸੱਚੇ ਪਾਤਸ਼ਾਹ ਨੇ ਉਹ ਸ੍ਰੀ ਸਾਹਿਬ ਕੋਹਲੇ ਸੀ ਉਹਦੀ ਸੋਤ ਦਾ ਦੂਜਾ ਜਦੋਂ ਭੱਜਣ ਲੱਗਿਆ ਉਹ ਸਿੰਘਾਂ ਨੇ ਸੋਤ ਦਾ ਫਿਰ ਉਹਨਾਂ ਦੀ ਖੇੜ ਵਰਤਣੀ ਸੀ ਫਿਰ ਉਹਨਾਂ ਦੇ ਜ਼ਖਮ ਤੁਹਾਨੂੰ ਪਤਾ ਹੀ ਹੈ ਬਹਾਦਰ ਸਾਹਿਬ ਨੇ ਭੇਜਿਆ ਫਿਰ ਉਹ ਕਰਿਆ ਫਿਰ ਉਦੋਂ ਬਾਅਦ ਉਹ ਰੁਸ਼ਾਨੇ ਦਾ ਹੋਇਆ ਉਹ ਖੇੜ ਉਹ ਆਫ ਦੀ ਸੀ ਉਹਨਾਂ ਨੇ ਜਦੋਂ ਜਾਣਾ ਸੀ ਇਸ ਤਰ੍ਹਾਂ ਦਾ ਵੀ ਇਹ ਸ੍ਰੀ ਸਾਫ ਦੀ ਭਾਈ ਮੇਰੇ ਕੋਲੇ ਇੱਕ ਵਾਰੀ ਮੈਂ ਕੁਮਾਰ ਹੜੀ ਨੂੰ ਜਾ ਰਿਹਾ ਸੀ ਉਹ ਵੀ ਸੁਣ ਲਓ ਧਿਆਨ ਨਾਲ ਤਾਂ ਇੱਕ ਮੈਨੂੰ ਭਾਈ ਕਹਿਣ ਲੱਗਾ ਕਹਿੰਦਾ ਕਾਕਾ ਤੂੰ ਤਾਂ ਹਰੇ ਬੱਚਾ ਹੀ ਐ ਤੂੰ ਹੋਣੀ ਕੀ ਇਹ ਮਤਲਬ ਹੈ ਵੀ ਇਹ ਆ ਕੀ ਬਣ ਗਿਆ ਤੂੰ ਬੱਚੇ ਦਾ ਹਮ ਆਦਮੀ ਹ ਇਕਦਮੀ ਪਤਾ ਕਿਹੜੇ ਬੜੇ ਹੁਕਮ ਆ ਜਾਣੇ ਕਹਿੰਦਾ ਤੂੰ ਹੋਣੀ ਭਾਈ ਬਣਿਆ ਫਿਰਦਾ ਵੀ ਇਸ ਨਾਲ ਬਾਹਲੇ ਲੋਕ ਤਾਂ ਕਹਿੰਦੇ ਨੇ ਵੀ ਕਿਹੜੇ ਗ੍ਰੰਥੀ ਨੇ ਜਾ ਕੇ ਕਿਹੜੇ ਪ੍ਰਚਾਰ ਕਰਨੇ ਉਹੀ ਨੇ ਇਹ ਨਹੀਂ ਪਤਾ ਵੀ ਇਹ ਤਾਂ ਹਰ ਇੱਕ ਸਿੱਖ ਦਾ ਜਿਹੜਾ ਕੋਈ ਅੰਮਰਤ ਸਕਦਾ ਉਹ ਨੂੰ ਸੱਚੇ ਪਾਤਸ਼ਾਹ ਪਾਈ ਹਥਿਆਰ ਬਖਸ਼ਦੇ ਨੇ ਪੰਜ ਕਕਾਰਾਂ ਵਿੱਚੋਂ ਸ੍ਰੀ ਸਾਹਿਬ ਇਸ ਤਰ੍ਹਾਂ ਦੀ ਹੈਗੀ ਹੈ। ਬਾਕੀ ਇੱਕ ਗੱਲ ਹੋਰ ਹੈ ਸੱਚੇ ਪਾਤਸ਼ਾਹ ਨੇ ਹੁਣ ਕਿਹੜਾ ਤੁਸੀਂ ਇਹ ਧਿਆਨ ਕੇਸ ਕੀ ਪੰਜਮਾ ਕਕਾਰ ਭਾਈ ਸੋਹਣੇ ਨੇ ਸਿੱਧ ਕੀਤਾ ਹੈ ਕੇਸ ਨਹੀਂ ਕੇਸ ਤਾਂ ਬਜਰ ਕਰਤਾ ਵਿੱਚ ਆ ਗਈ। ਚਾਰ ਬਜਰ ਕਰਤਾ ਨੇ ਕਿਹੜੀ ਕਿਹੜੀ ਕੇਸਾਂ ਦੀ ਸੰਭਾਲ ਲਈ ਕੇਸ ਕੀ ਹੈ। ਉਹ ਕੇਸ ਕੀ ਹੁਣ ਕਿਹੜੀ ਇੱਕ ਬੱਚੀ ਆਉਂਦੀ ਹੈ। ਉਹਦੀ ਰਹਿਤ ਵਹਿਤ ਠੀਕ ਹੈ ਦਸਤਾਰਾ ਸਜਿਆ ਹੋਇਆ ਹੈ ਕੇਸ ਕੀ ਸਜੀ ਹੋਈ ਹੈ ਤਾਂ ਉਹਦੀ ਸਿਰ ਨਿਮਜ ਜਾਂਦਾ ਵੀ ਦਸ਼ਮੇਸ਼ ਪਿਤਾ ਦੀ ਬੱਚੀ ਆਉਂਦੀ ਹੈ ਨਹੀਂ ਅੱਜ ਕੱਲ ਇੰਨੇ ਟੇਡੇ ਫੈਸ਼ਨ ਉਹ ਸਾਨੂੰ ਨਹੀਂ ਪਤਾ ਵੀ ਹਿੰਦੂਆਂ ਦੀ ਲੜਕੀ ਹੈ ਜਾਂ ਮੁਸਲਮਾਨਾਂ ਦੀ ਹੈ ਕਿਹੜੀ ਆ ਦੇਖੋ ਤੁਸੀਂ ਵੀ ਕਿਵੇਂ ਉਹ ਉਹਨਾਂ ਦੇ ਕੰਨਾਂ ਵਿੱਚ ਹੁਣ ਪੰਥ ਦਾ ਹੁਕਮ ਹੈ ਨੱਕ ਕੰਨ ਛੇਦਣਾ ਬਿਵਾਰਜਤ ਹੈ ਜਿਸ ਵੇਲੇ ਪੰਜ ਪਿਆਰੇ ਅੰਮਰਦੀਦਾਰ ਦੇ ਅੰਦਰ ਉਹ ਵੀ ਹੈ ਵੀ ਉਹ ਇਹ ਜਿਹਾ ਕੁਝ ਆ ਉਰਾ ਫਰਾ ਕਰਦੇ ਨੇ ਇਹ ਸਾਰਾ ਮਨਮਤ ਹੈ ਗੁਰੂ ਦੀ ਕਿਰਪਾ ਦੇ ਨਾਲ ਭਾਈ ਜਿਹੜਾ ਕੋਈ ਰਾਹ ਤੇ ਬਹਿਤ ਹੁਣ ਬਹੁਤ ਬਿਬੀਆਂ ਨੇ ਗੁਰੂ ਦੀ ਕਿਰਪਾ ਉਹਨਾਂ ਤੇ ਕੇਸਕੀਆਂ ਸਜਾਈਆਂ ਨੇ ਆ ਕਿਹੜੇ ਹੁਣ ਅਮਰੀਕਾ ਵਿੱਚ ਨੇ ਸਿੰਘ ਗੁਰੂ ਦੀ ਕਿਰਪਾ ਨਾਲ ਉਹ ਗੋਰਿਆਂ ਦੇ ਘਰੋਂ ਸਜਿਏ ਨੇ ਉਹਨਾਂ ਦੇ ਤੁਸੀਂ ਦੇਖੋ ਕਿਵੇਂ ਕੇਸਕੀਆਂ ਸਜੀਆਂ ਹੋਈਆਂ ਨੇ ਹੋਰ ਵੀ ਬਹੁਤ ਨੇ ਇਹ ਜੀ ਗੱਲ ਨਹੀਂ ਹੈਗੀ ਪਰ ਕਿਹੜੇ ਦੂਜੇ ਫੈਸ਼ਨ ਨੇ ਉਹ ਫੈਸ਼ਨਾਂ 'ਚ ਰੋੜੇ ਜਾਂਦੇ ਨੇ ਉਹ ਭਾਈ ਸੌਣਿਆਂ ਨੇ ਲਿਖਿਆ ਵੀ ਇਹ ਆਪਦੇ ਆਪ ਦੀ ਅੱਗੇ ਇਹਨਾਂ ਨੇ ਦੂਜੇ ਹਿੰਦੂਆਂ ਦੀਆਂ ਦੂਜੀਆਂ ਦੀਆਂ ਲੜਕੀਆਂ ਵੀ ਬਚਾ ਕੇ ਘਰੇ-ਘਰ ਮੋੜਦੇ ਸੇ ਵੀ ਆਪ ਦਾ ਵੀ ਨਹੀਂ ਇਹ ਸੰਭਾਲ ਕਰ ਸਕਣਗੇ ਫੈਸ਼ਨ ਜਦੋਂ ਉਹ ਦਿੱਲੀ ਕੀ ਹੋਇਆ 84 ਦੇ ਵਿੱਚ ਹੋਰ ਬਹੁਤ ਹਾਂ ਇਹ ਸਾਰੇ ਭਾਈ ਜੇ ਰਹਿਤ ਬਹਿਤ ਚ ਕਿਹੜੇ ਸਿੰਘ ਨੇ ਉਹਨਾਂ ਵੱਲ ਕੋਈ ਭੈੜੀ ਨਜ਼ਰ ਵੀ ਨਹੀਂ ਦੇਖਦਾ ਉਦੋਂ ਡਰ ਲੱਗਦਾ ਹੈ ਵੀ ਇਹ ਇਹਦੇ ਅੰਦਰ ਤਾਂ ਸਪਰੇਟ ਹੋਊ ਸੱਚ ਦੀ ਵੀ ਇਹਨੂੰ ਮੈਂ ਕੁਝ ਨਾ ਹੁਣ ਜਿਨ੍ਹਾਂ ਦੇ ਭਾਈ ਟੇਡੇ-ਬਿੰਡੇ ਫੈਸ਼ਨ ਅੱਖਾਂ ਤੋਂ ਮਤਲਬ ਇਹ ਹੋੁਰੈਸਨਾ ਕਰਿਏ ਨੇ ਉਹ ਕਿਹੜੀ ਰਹਿਤ ਬਹਿਤ ਹੈ ਤੇ ਇਹ ਤਾਂ ਹੈ ਵੀ ਬੀਬੀਆਂ ਤੇ ਸਿੰਘਾਂ ਨੂੰ ਇੱਕੋ ਹੀ ਦਿੱਤੀ ਹੈ ਸਾਰਿਆਂ ਨੂੰ ਰਹਿਤ ਕਿਹੜੀ ਦੱਸੀ ਹੈ ਜਾਂ ਕੀ ਰਹਿਤ ਨੇ ਜਾਣੀਏ ਗੁਰਬਾਣੀ ਨੇ ਰੀਤ ਤਾਂ ਕਭੋਜਨ ਖਾਏ ਕਿ ਬਿਸਰੇ ਹਰ ਕੀ ਪ੍ਰੀਤ ਕਿਹੜੀ ਰਹਿਤ ਬਹਿ ਦਿੱਤੀ ਹੈ ਭਾਈ ਉਹ ਕਕਾਰਾਂ ਦੇ ਵਿੱਚ ਕੇਸਾਂ ਦੇ ਸਾਰੇ ਕਕਾਰ ਸਜਾਉਣ ਵਾਲੇ ਬਾਹਰੋਂ ਨੇ ਤੰਗਾ ਹੈ ਕੜਾ ਹੈ ਕਿਰਪਾਨ ਹੈ ਕਿ ਸ਼ਹਿਰਾ ਕੇ ਇਸ ਕੀ ਕੇਸਾਂ ਦੀ ਸੁਣਾ ਲੈ ਸਿੱਧੀ ਗੱਲ ਹੈ ਪਰ ਇਹ ਢਿਲਤਾਈ ਐਸੀ ਵਰਤੀ ਹੈ ਪਤਾ ਲੱਗਿਆ ਵੀ ਉਹ ਕਿਹੜਾ ਗੁਰਮੁਖ ਸਿੰਘ ਸੀ ਆਪਣੇ ਅਕਾਲ ਤਖਤ ਦਾ ਜਿਸੇਦਾਰ ਉਹ ਦੇਖ ਰੋ ਢਿੱਲੀ ਸੀ ਉਹਨਾਂ ਨੇ ਢਿੱਲ ਢਾਈ ਬਰਸਾਤੀ ਇਹ ਢਿੱਲ ਢਾਈ ਬਰਸਾਤੀ ਬਸ ਗਾਹ ਉਸ ਰਕਮ ਚੱਲ ਪੈਂਦਾ ਵੀ ਜਿਹੜੇ ਇਸ ਤਰ੍ਹਾਂ ਦੇ ਭਾਈ ਕਿਹੜੇ ਰਹੇ ਤੇ ਬਹਿਤ ਚ ਗੁਰੂ ਦੀ ਹਰ ਵਕਤ ਹਰ ਵਕਤ ਦਾ ਹਥਿਆਰ ਹੈ ਕੋਲੇ ਹੈਗਾ ਤੇ ਚੜ੍ਹਦੀ ਕਲਾ ਨਾਲ ਅਗਲਾ ਇਸ ਤਰ੍ਹਾਂ ਦਾ ਆਪਣਾ ਬੀਬੀਆਂ ਨੇ ਤੇ ਅਗਲੇ ਦਸਰ ਨੇ ਮਜਾਂਦਿਆ ਵੀ ਇਹ ਤਾਂ ਬੱਚੀ ਗੁਰਸਿੱਖ ਹੈ ਚੜ੍ਹਦੀ ਕਲਾ ਨਹੀਂ ਟੋਡੇ ਟੇਡੇ ਬਣ ਕੇ ਫੈਸਣ ਹੋ ਰੂਟ ਬਟਾਂਗ ਰੂੜੀ ਜਾਂਦੀ ਆ ਦੁਨੀਆ ਪਰ ਸੱਚੇ ਪਾਤਸ਼ਾਹ ਨੇ ਆਪਦੇ ਬੱਚਿਆਂ ਨੂੰ ਤਾਂ ਪਾਈ ਆਪਦੀ ਰਹਿਤ ਬਹਿਤ ਦਿੱਤੀ ਆ ਚੜ੍ਹਦੀ ਕਲਾ ਦਿੱਤੀ ਆ ਸੱਚੇ ਪਾਸ਼ਾ ਕਿਰਪਾ ਕਰਨ ਅਸੀਂ ਸਾਰੇ ਵੀ ਜਿਹੜੇ ਹਾਂ ਗੁਰਸਿੱਖ ਬੱਚੇ ਬੱਚੀਆਂ ਰਹਿਤਬਾਨ ਚੜ੍ਹਦੀ ਕਲਾ ਵਿੱਚ ਪੰਜੇ ਕਕਾਰ ਬਾਹਰੋਂ ਧਾਰਨ ਵਾਲੇ ਨੇ ਚਾਰੇ ਇੱਕ ਦੂਸਰੇ ਕਾਰਨ ਇਹ ਕਿਹੜੇ ਇਹ ਵੀ ਹੈ ਕਿ ਕਕਾਰਾਂ ਵਿੱਚ ਭੁੱਲ ਬਖਸਾਉਂਦਾ ਅਰਦਾਸ ਨਾਲ ਹੋ ਜਾਂਦਾ ਹੈ ਜਿਹੜੇ ਬੱਜਰ ਕਰਿਆ ਤਾਂ ਹੁੰਦੀ ਹੈ ਉਹਦੇ ਨਾਲ ਫਿਰ ਅੰਮਰਸ ਕਰਨਾ ਪੈਂਦਾ ਵੀ ਇਸ ਤਰ੍ਹਾਂ ਦਾ ਕਰਕੇ ਜਿਹੜੀ ਇਹ ਹੈਗੀ ਹੈ ਬੱਜਰ ਕਰਤਾ ਵਿੱਚ ਕੇਸ ਆਗੇ ਕੇਸਾਂ ਨੂੰ ਮੁੰਡਣਾ ਕਿਹੜਾ ਹੈਗਾ ਤੇ ਬਾਕੀ ਕੇਸਾਂ ਦੀ ਸੰਭਾਲ ਲਈ ਕਾਰ ਇਸ ਤਰ੍ਹਾਂ ਦਾ ਹਾਂਜੀ ਹੁਣ ਬਾਕੀ ਕੋਈ ਸਾਡੇ ਬੱਚਾ ਨੂੰ ਮੇਰੀ ਉਮਰ ਦੇ ਬੱਚੇ ਮੈਥੋਂ ਜਿਹੜੇ ਛੋਟੇ ਆ ਉਹਨਾਂ ਬਾਰੇ ਕੋਈ ਸੰਦੇਸ਼ ਸਾਨੂੰ ਕੀ ਕਰਨਾ ਚਾਹੀਦਾ ਪਾਰਕ ਲੈਵਲ ਤੇ ਦੇਖੋ ਜੀ ਸਮੋਚੇ ਤੌਰ ਤੇ ਗੁਰੂ ਦੀ ਕਿਰਪਾ ਦੇ ਨਾਲ ਭਾਈ ਨਿੱਕੀਆਂ ਜਿੰਦਾਂ ਵੱਡੇ ਸਾਕੇ ਜਦੋਂ ਮੈਂ ਸਕੂਲ ਚ ਪੜਾਉਂਦਾ ਸੀ ਇਹ ਜਦੋਂ ਆ ਜਾਣਾ ਨਾ ਇਹ ਨਿੱਕੇ ਜਿੰਦਾਂ ਵੱਡੇ ਸਾਕੇ ਉਹ ਮੇਰੀ ਕਲਾਸ ਨੇ ਵੀ ਮੁਗਦ ਹੋ ਜਾਣਾ ਤੇ ਮੈਤੋ ਵੀ ਪੀਰੀਅਡ ਲੰਘ ਜਾਣੇ ਵੀ ਇਸ ਤਰ੍ਹਾਂ ਦਾ ਕਰਕੇ ਵੀ ਕਿਹੜੀ ਗੁਰੂ ਦੀ ਕਿਰਪਾ ਦੇ ਨਾਲ ਆ ਭਾਈ ਗੁਰੂ ਵਾਲਾ ਬਣਨਾ ਫਿਰ ਉਹਦੇ ਤੇ ਪਹਿਰਾ ਦੇਣਾ ਰਹਿਤ ਵਹਿਤ ਚ ਰਹਿਣਾ ਜਿਹੜੇ ਨੌਜਵਾਨ ਬੱਚੇ ਬੱਚੀਆਂ ਛੋਟੇ ਉਮਰ ਦੇ ਨੇ ਸਾਰੇ ਹੁਣ ਸਾਨੂੰ ਸਿੱਖਿਆ ਇੱਕੋ ਲੈਣੀ ਚਾਹੀਦੀ ਹੈ ਵੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਕਿੰਨੀ ਉਮਰ ਸੀ ਸੱਤ ਦਿਨੋਂ ਸਾਲ ਜਿਹੜੇ ਕਹਿੰਦੇ ਨੇ ਜੀ ਵੱਡੇ ਹੋ ਕੇ ਚਾਂਗੇ ਵੱਡੇ ਹੋ ਕੇ ਕੋਈ ਗਾਰੰਟੀ ਹੈ ਵੀ ਬੱਚੇ ਕਿਹੜੇ ਹੈਗੇ ਨਹੀਂ ਉਹਨਾਂ ਨੂੰ ਭਾਈ ਆਪਣੇ ਨੂੰ ਅਮਰਤਾਰੀ ਬਣਾਓ ਗੁਰਸਿੱਖ ਰਹੇ ਤਾਂ ਬਹਿਤ ਚੜਦੀ ਕਲਾ ਹੋਵੇ ਇਹ ਕੋਈ ਗੱਲ ਹੈ ਇਹ ਜਿਹੜੇ ਗੁਰੂ ਦੀ ਰਹੇ ਤਾਂ ਬਹਿਤ ਨੇ ਰੱਖਦੇ ਨੇ ਉਹਨਾਂ ਨਾਲ ਗੁਰੂ ਦਾ ਪਿਆਰ ਹੈ ਉਹਦੇ ਬੱਚੇ ਨੇ ਦਿਸਮੇਸ਼ ਕੀਤਾ ਦਿਓ ਇਹ ਇਸ ਤਰ੍ਹਾਂ ਦਾ ਵੀ ਇਹ ਇੱਕ ਕਿਹੜੀ ਗੱਲ ਹੈਗੀ ਹੈ ਕਿਹੜੇ ਉਹ ਠੇਕੇਦਾਰੀ ਹੁੰਦੀ ਹੈ ਨਾ ਵੀ ਵੱਡਾ ਹੋ ਕੇ ਜਾਂ ਹੋਰ ਵੱਡਾ ਬੁੱਢੇ ਹੋਣ ਦਾ ਕੋਈ ਪਤਾ ਨਹੀਂ ਇਦੋਂ ਹੋ ਕੇ ਮਾਦਰ ਨੇ ਐਲ੍ਹਾ ਹੀ ਇਹ ਇਸ ਕਰਕੇ ਜਦੋਂ ਮਨੁੱਖਾ ਜਨਮ ਮਿਲਿਆ ਦੇਖੋ ਤੁਸੀਂ ਬਾਣੀ ਵਿੱਚ ਆਉਂਦੇ ਨਾ ਆਏ ਹੁ ਸੁਣਨ ਪੜਨ ਕੋ ਬਾਣੀ ਇਹਨੂੰ ਭੇਜਿਆ ਭਈ ਆਪਾਂ ਸੋਧਰਦਾ ਪਾਠ ਕਰਦੇ ਹਾਂ ਰੋਜ਼ ਉਹਦੇ ਵਿੱਚ ਦੇਖੋ ਭਈ ਪਰ ਆਪੋ ਤੇ ਮਾਨੁਖ ਦੇ ਹੋਰੀ ਆ ਕੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਬਰ ਕਾਜ ਤੇ ਰੱਖ ਕੇ ਤੈਨਾਂ ਕਾਉ ਮਿਲ ਸਾਧ ਸੰਗਤ ਭਾਈ ਕੇਵਲ ਨਾਮ ਸਿਰੰਜਾਮ ਲਾਗ ਭਜ ਜਲਤਨ ਕਹ ਜਨ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਹੋ ਜੱਪ ਤਬ ਸੰਜਮ ਧਰਮ ਨੇ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕੋ ਨਾਨਕ ਹਮ ਨੀਚ ਕਰਮਾਂ ਸਾਨੂੰ ਫੇਰੀ ਕੀ ਆਖੋ ਸ਼ਰਮਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਗੁਰ ਸਿੱਖੀ ਬਖਸ਼ਣ ਭਾਵੇਂ ਛੋਟੇ ਬੱਚੇ ਨੇ ਉਹਨਾਂ ਤੇ ਤਾਂ ਜਿਹੜੀਆਂ ਕੈਲਾਂ ਹੁੰਦੀਆਂ ਨੇ ਉਹਨੂੰ ਆਪਾਂ ਜਦੋਂ ਪਿਉਂਦ ਚੜਾਉਂਦੇ ਆ ਬੇਰੀ ਨੂੰ ਉਹ ਨਰਮ ਨੂੰ ਕਿੰਨੀ ਚੜਦੀ ਹੈ ਜਿਹੜੇ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਗੁਰੂ ਵਾਲੇ ਬਣ ਜਾਂਦੇ ਨੇ ਬਾਣੀ ਪੜ੍ਹਦੇ ਨੇ ਤੇ ਬਾਣੀ ਸੁਣਦੇ ਨੇ ਉਹਦੇ ਤੇ ਅਮਨ ਕਰਦੇ ਨੇ ਹਾਂ ਪਰ ਇੱਕ ਗੱਲ ਜ਼ਰੂਰ ਹੈ ਸੱਚੇ ਪਾਤਸ਼ਾਹ ਦਾ ਹੁਕਮ ਹੈ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਝੂਕ ਅੰਧੇਕ ਨਾ ਲੱਗੇ ਜੋ ਵਾਂਸ ਵਜਾਈਏ ਭੂਕ ਇਹ ਬਾਣੀ ਸੁਣਨੀ ਹੈ ਪੜ੍ਹਨੀ ਹੈ ਅਮਲ ਨਹੀਂ ਕਰਨਾ ਫਿਰ ਉਹਦਾ ਲਾਭ ਕੋਈ ਨਹੀਂ ਹੈਗਾ ਸੱਚਸਦੂ ਸੇ ਇੱਕ ਤੋਂ ਹੁਕਮ ਆਉਂਦਾ ਸੇਵਕ ਸਿਖ ਪੂਜਣ ਸਭਾਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤ ਸਤ ਕਰਮਾਨੀ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਆ ਬੀਤੀ ਇੱਕ ਗੱਲ ਹੋਰ ਮੇਰੇ ਬਾਬਾ ਜੀ ਸਾਧਾਂ ਦੇ ਉਪਾਸ਼ਕ ਸੇ ਤੋਤੀ ਪੌਂਦੇ ਹੁੰਦੇ ਉਹ ਕਹਿੰਦੇ ਭਾਈ ਬਾਣੀ ਪੜੀ ਹੋਈ ਸੀ ਸਾਧਾਂ ਕੋਲ ਕਹਿੰਦੇ ਭਾਵੇਂ ਲਾਂਭੇ ਕੇਸ ਕਰ ਭਾਵੇਂ ਘਰ ਮੜਾਏ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਤੇ ਦੂਸਰੇ ਪੱਖ ਤੇ ਭਾਵੇਂ ਵੀ ਕੇਸ ਰੱਖੋ ਜਾਂ ਨਾ ਰੱਖੋ ਫਿਰ ਭਾਈ ਭਾਈ ਵੀਰ ਸੇ ਹੁੰਦਾ ਜਦ ਥੋੜੀ ਜੀ ਸੂਝ ਆਈ ਅੰਮ੍ਰਿਤ ਛਕਿਆ ਇਹਦੇ ਬਾਰੇ ਜਦੋਂ ਫਿਰ ਦੱਸੋ ਤੁਸੀਂ ਇੱਕ ਬੰਦਾ ਇੱਕ ਥੋਂ ਕਹਿੰਦਾ ਵੀ ਭਾਈ ਸ਼ਰਾਬ ਨਾ ਪੀਵੋ ਦੂਜੇ ਥੋਂ ਕਹਿੰਦਾ ਜਾ ਕੇ ਇਸ ਤਰ੍ਹਾਂ ਦਾ ਹੈ ਤੇ ਅਗਲਾ ਕਹਿੰਦਾ ਇਹਦੀ ਕੋਈ ਕੀਮਤ ਹੈ ਉੱਥੇ ਐਂ ਕਹਿੰਦਾ ਸੀ ਹੁਣ ਕਬੀਰ ਸਾਹਿਬ ਵੀ ਗਾਹਾਂ ਕਹਿੰਦੇ ਨੇ ਕਬੀਰ ਮਨ ਮੁੰਡਿਆ ਨਹੀਂ ਕੇਸ ਮੜਾਏ ਕਾਏ ਜੋ ਕਿਸ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ ਫੇਰ ਭਾਈ ਉਹ ਭਾਵੇਂ ਲੰਬੇ ਕੇਸ ਕਰ ਭਾਵੇਂ ਘਰ ਮੜਾਏ ਇਹਦੇ ਅਰਥ ਵੀ ਧਿਆਨ ਨਾਲ ਸੁਣੋ ਜਿਹੜੇ ਕੁਦਰਤ ਨੇ ਕੇਸ ਦਿੱਤੇ ਨੇ ਉਹਦਾ ਮੰਡਨੈ ਖੰਡ ਨਹੀਂ ਹੈਗਾ ਕੇਸਾਂ ਨੂੰ ਲੰਬੇ ਕਿਵੇਂ ਕਰਨਾ ਹੈ ਜਟਾ ਲਾਉਣੀਆਂ ਨਹੀਂ ਲਾਉਂਦੇ ਨੇ ਸੌਦ ਕਿੰਨੀਆਂ ਕਿੰਨੀਆਂ ਜਟੜਾਂ ਲਾਉਣੀਆਂ ਜਾਂ ਮਨਾਉਣੇ ਦੋਨਾਂ ਨੂੰ ਜਿੱਥੇ ਕਿ ਹੈ ਨਾ ਕਬੀਰ ਸਾਹਿਬ ਕਹਿੰਦੇ ਨੇ ਭਾਵੇਂ ਲੰਬੇ ਕੇਸ ਘਰ ਭਾਵੇਂ ਘਰ ਮੁੜਾਏ ਇਹ ਗੁਰੂ ਦੀ ਕਿਰਪਾ ਦੇ ਨਾਲ ਇਹ ਤੋਂ ਗਾਹਾਂ ਜਾ ਕੇ ਕਬੀਰ ਸਾਹਿਬ ਵੀ ਇਹ ਕਹਿੰਦੇ ਨੇ ਮਨ ਮੁੰਡਿਆ ਨਹੀਂ ਉਹਦਾ ਅਰਥ ਇਹ ਬਣਦਾ ਹੈ ਭਾਈ ਵੀਰ ਸਿੰਘ ਨੇ ਵੀ ਦੇਖਿਆ ਇਹਦੇ ਵਿੱਚ ਅਰਥ ਦੱਸੇ ਨੇ ਵੀ ਅਸਲੀ ਕੇਸਾਂ ਨੂੰ ਖੰਡ ਨਹੀਂ ਕੀਤਾ ਉਹਨਾਂ ਨੂੰ ਜਟੜਾ ਲਾ ਕੇ ਵਧਾ ਲੈਣੇ ਤੇ ਬਾਕੀ ਜਿਆ ਅਸਲੀ ਨੂੰ ਮੁੰਡ ਦੇਣਾ ਇਹ ਇਹ ਮਨਵਤ ਹੈ ਇਹ ਬੱਜਰ ਕੁ ਰਹਿਤਾ ਹੈ ਇਸ ਤਰ੍ਹਾਂ ਬਈ ਭਾਈ ਇਹ ਕਿਹੜੀ ਕੀ ਹੈ ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਤੇ ਜਿਆਦਾ ਰੰਗ ਚੜਦਾ ਤੁਹਾਨੂੰ ਪਤਾ ਹੀ ਆਪਾਂ ਉੱਥੇ ਪਤਾ ਜਦੋਂ 베ਰੀ ਨੂੰ ਪਿਉਂਦ ਕਰਨਾ ਉਹ ਨਰਮ ਕੈਲ ਨੂੰ ਹੁੰਦਾ ਹੈ ਵੀ ਜਿਹੜੇ ਬਚਪਨ ਜੀ ਇਹਨਾਂ ਨੂੰ ਭਾਈ ਅੰਮ੍ਰਿਤ ਦੀ ਦਾਸ ਮਿਲ ਗਈ ਗੁਰਸਿੱਖ ਬਣ ਕੇ ਫਿਰ ਉਹ ਡੋਲਦੇ ਥੋੜੇ ਨੇ ਵੀ ਇਸ ਕਰਕੇ ਭਾਈ ਕਿਹੜੇ ਬੱਚੇ ਨੇ ਉਹਨਾਂ ਨੂੰ ਤਾਂ ਉਦੋਂ ਵੀ ਜ਼ਰੂਰੀ ਹੈ ਵੀ ਉਹ ਜਦੋਂ ਅੰਮ੍ਰਿਤ ਛਕਣਗੇ ਗੁਰੂ ਆਲੇ ਬਣ ਗਏ ਫਿਰ ਉਹ ਚੜ੍ਹਦੀ ਕਲਈ ਉਹਨਾਂ ਦੀ ਜ਼ਿੰਦਗੀ ਰਹੂ ਜਿੱਥੇ ਵੀ ਜਾਣਗੇ ਭਲੇ ਭਲੇ ਉਹਨਾਂ ਨੂੰ ਕੋਈ ਖਤਰਾ ਨਹੀਂ ਕਿਸੇ ਤਰ੍ਹਾਂ ਠੀਕ ਹੈ ਬਾਕੀ ਜੋ ਪਾਜੀਵਨ ਸਿੰਘ ਵਗੈਰਾ ਜਿਹੜੇ ਬਾਕੀ ਹੋਰ ਸਿੰਘ ਸੀਗੇ ਪੁਰਾਣੇ ਦੇਖੋ ਤੁਸੀਂ ਗੱਲ ਹੋਰ ਹੈ ਆ ਇੱਥੇ ਤੁਹਾਨੂੰ ਪਤਾ ਹੋਊ ਵੀ ਜਿਸ ਵੇਲੇ ਆ ਖਾਲਸਾ ਸਕੂਲ ਰੰਬਿਆ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਕੋਲੇ ਫਿਰ ਉੱਥੇ ਮੈਂ 베ਰੀ ਤੋੜ ਕੇ ਆਇਆ ਬਲਵੰਤ ਸਿੰਘ ਤੇ ਆਪਣੇ ਮਲਕਤ ਸਾਹਿਬ ਨੂੰ ਸੁਣ ਕੇ ਪਹੁੰਚੇ ਕਰੇ ਉਹ ਕਹਿੰਦੇ ਆਪਾਂ ਗੁਰੂ ਦੀ ਕਿਰਪਾ ਨਾਲ ਇੱਥੇ ਖਾਲਸਾ ਸਕੂਲ ਰੰਭਣਾ ਹੈ ਤੇ ਅਖੰਡ ਪਾਠ ਸੰਵਾਦ ਮੁਕਰਾਉਣਾ ਹੈ ਵੀ ਤੁਸੀਂ ਉਹਦੇ ਚ ਤੁਹਾਨੂੰ ਅਜੇ ਪੰਜਾਬੀ ਟੀਚਰ ਰੱਖਣਾ ਹੈ ਕਿਉਂ ਬਲਵੰਤ ਸਿੰਘ ਦੇ ਪਿੰਡ ਵਿੱਚ ਪੜਾਇਆ ਇਹਨੂੰ ਪਤਾ ਸੀ ਵੀ ਮੇਰੇ ਮਾਸੜ ਜੀ ਨੇ ਕਿੜੇ ਇਹ ਵੀ ਇਸ ਤਰ੍ਹਾਂ ਦਾ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਉੱਥੇ ਇਹਨਾਂ ਦੇ ਰਿਜ਼ਲਟ ਟੌਪ ਦੇ ਹੁੰਦੇ ਸਾਰੇ ਇਹਦੇ ਗਿਰਤ ਨਾਲ ਵੀ ਇਹਨਾਂ ਨੂੰ ਇੱਥੇ ਰੱਖੀਏ ਜਦੋਂ ਮੈਂ ਇਹਨਾਂ ਦੇ ਬੈਠੇ ਬੈਠੇ ਕੀ ਕਦਨ ਨੂੰ ਫੋਨ ਕਰਤਾ ਜਿਹਨੇ ਪਿਕ ਕਰਨਾ ਸੀ ਉਹਨੂੰ ਕਰਤਾ ਵੀ ਮਹਾ ਭਾਈ ਮੈਂ ਕੱਲ ਨੂੰ ਨਹੀਂ ਆਉਣਾ ਅਸੀਂ ਖਾਲਸਾ ਸਕੂਲ ਬਣਾਇਆ ਇੱਥੇ ਮੈਂ ਉੱਥੇ ਅਜੇ ਪੰਜਾਬੀ ਟੀਚਰ ਕੰਮ ਕਰਨਾ ਇਹ ਹੁਣ ਕਿਹੜੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਾਂ ਵੀ ਜਿਸ ਵੜਿਆ ਅਖੰਡ ਪਾਠ ਹੋਇਆ ਕਰਾਇ ਤੇ ਲਿਆ ਉੱਥੇ ਅਖੰਡ ਪਾਠ ਆਰੰਭ ਹੋ ਗਿਆ ਤਾਂ ਉਹਦਾ ਭੋਗ ਜਦੋਂ ਪਿਆ ਤਾਂ ਉਹ ਦਾਸ ਨੂੰ ਸੇਵਾ ਮਿਲ ਗਈ ਰੌਣ ਮੇਰੀ ਸੀ ਭਾਈ ਜੀਵਨ ਸੁਹਣੀਆਂ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਰਦਾਸ ਕਰੀ ਸਮਾਪਤੀ ਭਈ ਉਦੋਂ ਫਿਰ ਸੱਚੇ ਪਾਤਸ਼ਾਹ ਨੇ ਭਾਈ ਹੁਕਮ ਵਰਸਿਆ ਤਨ ਆਸਰੀ ਮਹੱਲਾ ਪੰਜਵਾਂ ਜਿਸ ਨੂੰ ਭਾਈ ਭੋਗ ਪਿਆ ਭੋਗ ਦੀ ਸੇਵਾ ਦਾ ਮੇਰੇ ਕੋਲ ਮੇ ਤੋਂ ਲਈ ਗੁਰੂ ਨੇ ਇਹਨਾਂ ਨੇ ਅਰਦਾਸ ਕਰੀ ਤੇ ਫਿਰ ਉਹ